आप देख रहे हैं APN वेब न्यूज, हर रोज एक नई खबर के साथ। अपना पंजाब वेब न्यूज, आपका अपना न्यूज चैनल। ਮਾਨਯੋਗ ਸੀਪੀ ਸਾਹਿਬ ਦਾ ਗੁਰਪ੍ਰੀਤ ਸਿੰਘ ਭੁੱਲਰ IPS ਦਿਸ਼ਾ ਨਿਰਦੇਸ਼ ਦੇ ਉੱਤੇ COVID-19 ਦੇ ਵਿੱਚ ਜਿਹੜੀ ਮਹਾਂਮਾਰੀ ਚੱਲ ਰਹੀ ਆ ਇਹਦੇ ਵਿੱਚ ਲੋਕਡਾਊਨ ਖੁੱਲ੍ਹਿਆ ਹੈਗਾ। ਖੁੱਲ੍ਹਣ ਦੇ ਬਾਵਜੂਦ ਜਿਹੜੀ ਕੋਈ ਮਾੜੇ ਅੰਸਰ ਹੈਗੇ ਆ ਉਹਦੀ ਆੜ ਦੇ ਵਿੱਚ ਵੀ ਹੈਗੇ ਆ, ਇਹ ਮਾੜੇ ਕੰਮ ਕਰ ਰਹੇ ਆ। ਇਹਦੇ ਸੰਬੰਧੀ ਹੀ ਸਾਨੂੰ ਕੱਲ੍ਹ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਵੀ ਇੱਕ ਬੱਬੀ ਬਾਰ ਲਾਊਂਜ ਹੈਗੀ ਆ ਕੂਲ ਰੋਡ ਦੇ ਉੱਤੇ ਇਨਕਮ ਟੈਕਸ ਤੋਂ ਅਗਲੇ ਬੰਨੇ, ਵੀ ਉਹ ਜਿਹੜਾ ਬਾਰ ਵੀ ਜਨਾਲ ਚਲਾਉਂਦਾ ਨਾਲ ਹੁੱਕਾ ਪਿਲਾਉਣ ਦਾ ਵੀ ਕੰਮ ਕਰਦਾ ਹੈਗਾ। ਔਰ ਇਹ ਦੋਨੋਂ ਚੀਜ਼ਾਂ ਜਿਹੜੀਆਂ ਬੈਨ ਹੈਗੀਆਂ ਨੇ। ਔਰ ਅਸੀਂ ਜਦੋਂ ਸ਼ਾਮੀ ਰੇਡ ਕੀਤਾ ਉੱਥੇ ਇਹਨਾਂ ਕੋਲੋਂ ਸਾਨੂੰ ਤੰਬਾਕੂ ਜਿਹੜਾ ਹੈਗਾ ਪਿਆਉਣ ਦੇ ਹੁੱਕੇ ਔਰ ਹੋਰ ਪ੍ਰੋਡਕਟਸ ਜਿਹੜੇ ਆ ਉਹ ਬਰਾਮਦ ਹੋਏ ਆ। ਇਹਨਾਂ ਦੇ ਖਿਲਾਫ਼ ਅਸੀਂ ਮੁਕੱਦਮਾ ਨੰਬਰ 189 ਡੇਟਡ 14/7/2020 ਅੰਡਰ ਸੈਕਸ਼ਨ 21A ਸਿਗਰਟ ਐਂਡ ਤੰਬਾਕੂ ਪ੍ਰੋਵਾਈਡ ਐਕਟ ਅਤੇ 188 IPC 3 ਅਪੈਡਮਿਕ ਐਕਟ ਅਤੇ 51 ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਜਿਹੜਾ ਹੈਗਾ ਪਰਚਾ ਦਰਜ ਕੀਤਾ। ਔਰ ਇਹਦਾ ਮੇਨ ਮਾਲਕ ਹੈਗਾ ਅਮਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ, ਵਾਸੀ 402 ਰਣਜੀਤ ਐਵਨਿਊ ਅੰਮ੍ਰਿਤਸਰ, ਅਤੇ ਹਾਲ ਇੱਥੇ ਦਾ ਰਹਿਣ ਵਾਲਾ ਹੈਗਾ ਇਹ 8 ਜੋਤੀ ਨਗਰ ਜਲੰਧਰ। ਔਰ ਇਹਦੇ ਨਾਲ ਜਿਹੜੇ ਆ 4 ਬੰਦੇ ਅਸੀਂ ਹੋਰ ਅਸੀਂ ਗ੍ਰਿਫਤਾਰ ਕੀਤੇ ਆ ਅਤੇ ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਅਤੇ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਹੋ ਚੁੱਕੀ ਆ। ਔਰ ਮੈਂ ਤੁਹਾਡੇ ਜ਼ਰੀਏ ਮੀਡੀਆ ਦੇ ਜ਼ਰੀਏ ਇਹ ਬੇਨਤੀ ਕਰਨਾ ਚਾਹੁੰਦਾ ਵੀ ਇਦੋਂ ਇਲਾਵਾ ਹੋਰ ਵੀ ਜੇ ਕੋਈ ਇੱਦਾਂ ਦੇ ਜਿਹੜੇ ਹੁੱਕਾ ਪਿਆਉਣ ਵਾਲੇ ਬਾਰ ਜਾਂ ਕੋਈ ਹੋਰ ਇਲੀਗਲ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਮਾਲਟੋਨ ਸਬਡਿਵੀਜ਼ਨ ਦੇ ਵਿੱਚ ਚੱਲਦੀਆਂ ਹੈਗੀਆਂ, ਤਾਂ ਮੇਰੀ ਬੇਨਤੀ ਹੈ ਵੀ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਬੰਦ ਕਰ ਦਿੱਤਾ ਜਾਵੇ, ਨਹੀਂ ਤਾਂ ਬਾਕੀਆਂ ਦਾ ਵੀ ਜਿਹੜਾ ਹੈਗਾ ਇਸੇ ਤਰ੍ਹਾਂ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਉਹਨਾਂ ਦੇ ਹੋਊਗੀ। ਸਰ ਕਿੰਨੇ ਵਜੇ ਕਾਰਵਾਈ ਕੀਤੀ ਸੀ ਇਹਨਾਂ ਨੂੰ, ਕਿੰਨੇ ਵਜੇ ਉੱਥੋਂ ਕੀਤੀ ਸੀ ਰੇਡ ਇਹਨਾਂ ਦੇ ਬਾਰ ਦੇ ਉੱਤੇ? ਇਹ 10:30 ਦੇ ਲਾਗੇ ਚਾਗੇ। ਤੇ ਸਰ ਅਕੋਰਡਿੰਗ ਟੂ DC ਆਰਡਰ ਕਿੰਨੇ ਵਜੇ ਦਾ ਟਾਈਮ ਹੈਗਾ ਬੰਦ ਕਰਨ ਦਾ? ਇਹ ਇਹਨਾਂ ਨੂੰ ਤਾਂ ਹੈ ਹੀ ਨਹੀਂ ਜੀ, ਇਹਨਾਂ ਦਾ ਸਿਰਫ 10 ਵਜੇ ਤੋਂ ਬਾਅਦ ਤਾਂ ਉਦਾਂ ਹੀ ਕਰਫਿਊ ਹੈਗਾ, 10 ਵਜੇ ਤੋਂ ਬਾਅਦ ਤਾਂ ਕਰਫਿਊ ਜਿਹੜਾ ਲੱਗ ਜਾਂਦਾ ਹੈਗਾ। ਪਰ ਇਹ ਜਿਹੜਾ ਇੱਕ ਬਾਰ ਐਂਡ ਲਾਊਂਜ ਹੈਗਾ, ਬਾਰ ਖੁੱਲ੍ਹਣ ਦਾ ਟਾਈਮ ਸੀਗਾ 9 ਵਜੇ ਤੱਕ, 9 ਵਜੇ ਤੋਂ ਬਾਅਦ ਜਿਹੜਾ ਹੈਗਾ ਇਹਨੇ ਵਾਇਲੇਸ਼ਨ ਕਰਕੇ ਔਰ ਅੰਦਰ ਜਿਹੜੇ ਹੈਗਾ ਇਹ ਕੰਮ ਚਲਾ ਰਹੇ ਸੀਗਾ। ਟੋਟਲ ਕਿੰਨੇ ਬੰਦੇ ਰਾਊਂਡ ਕੀਤੇ? ਟੋਟਲ 5 ਬੰਦੇ ਰਾਊਂਡ।